ਕਰਾਚੇ ਨੂੰ ਫੌਜੀ ਜਵਾਨਾਂ ਦੀ ਸ਼ਹਾਦਤ ਦੇ ਬਾਅਦ ਰੇਂਜਰਸ ਕਾਰਵਾਈਆਂ ਤੇਜ਼ ਕਰ ਦਿੱਤੀਆਂ। ਲਾਇਨਸ ਏਰੀਆ ਤੇ ਗਾਰਡਨ ਨੇ ਸਰਚ ਆਪਰੇਸ਼ਨ ਦੇ ਦੌਰਾਨ 10 ਮੁਸ਼ਤਬਾ ਅਫਰਾਦ ਗ੍ਰਿਫਤਾਰ ਕਰ ਦਿੱਤੇ ਗਏ। ਬੰਸ ਰੋਡ ਵਿੱਚ ਸਿਆਸੀ ਜਮਾਤ ਦੇ ਦਫ਼ਤਰ ਦੇ ਅੱਗ ਤੋਂ ਵੱਡੀ ਤਾਦਾਦ ਵਿੱਚ ਅਸਲਾ ਪਕੜਿਆ ਗਿਆ। ਸ਼ਹਿਰ ਵਿੱਚ ਫਾਇਰਿੰਗ ਦੇ ਵਾਕਿਆ ਤੇ 4 ਅਫਰਾਦ ਜ਼ਖਮੀ ਥੀ ਗਏ। ਕਰਾਚੀ ਵਿੱਚ ਅਮਨ ਦੁਸ਼ਮਣਾਂ ਦੇ ਗਿਰਦ ਘੇਰਾ ਤੰਗ ਕਰ ਦਿੱਤਾ ਗਿਆ। ਰੇਂਜਰਸ ਦੀਆਂ ਮੁਖਤਲਿਫ ਇਲਾਕਿਆਂ ਵਿੱਚ ਬਰਕ ਰਫ਼ਤਾਰ ਕਾਰਵਾਈਆਂ। ਰੇਂਜਰਸ ਲਾਇਨਸ ਏਰੀਆ ਧੋਬੀ ਘਾਟ ਵਿੱਚ ਸਰਚ ਆਪਰੇਸ਼ਨ ਕੀਤਾ ਤੇ ਇਲਾਕੇ ਦਾ ਮੁਹਾਸਰਾ ਕਰਦੇ ਮਖਸੂਸ ਘਰਾਂ ਦੀ ਤਲਾਸ਼ੀ ਕੀਤੀ, ਜਿਹਦੇ ਦੌਰਾਨ 8 ਮੁਸ਼ਤਬਾ ਅਫਰਾਦ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ, ਜਿਨ੍ਹਾਂ ਸਿਆਸੀ ਜਮਾਤ ਦੇ ਸਾਬਕ ਇਲਾਕਾਈ ਅਹੁਦੇਦਾਰ ਤੇ ਕਾਰਕੁਨ ਸ਼ਾਮਿਲ ਹਨ। ਰੇਂਜਰਸ ਗਾਰਡਨ ਦੇ ਇਲਾਕੇ 'ਚ ਵੀ ਸਰਚ ਆਪਰੇਸ਼ਨ ਕੀਤਾ, ਜਿਹਦੇ ਦੌਰਾਨ 9 ਮੁਸ਼ਤਬਾ ਅਫਰਾਦ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲੇ ਰੇਂਜਰਸ ਬਰਨਸ ਰੋਡ ਗਲੀ ਨੰਬਰ 2 ਵਿੱਚ ਸਿਆਸੀ ਜਮਾਤ ਦੇ ਦਫ਼ਤਰ ਤੇ ਛਾਪਾ ਮਾਰਿਆ ਤੇ ਦਫ਼ਤਰ ਦਾ ਮੁਹਾਸਰਾ ਕਰਦੇ ਤਲਾਸ਼ੀ ਕੀਤੀ। ਰੇਂਜਰਸ ਦਫ਼ਤਰ ਦੇ ਅੱਗ ਵਿੱਚ ਖੁਦਾਈ ਕੀਤੀ, ਜਿਹਦੇ ਦੌਰਾਨ ਵੱਡੀ ਤਾਦਾਦ ਵਿੱਚ ਮਦਫੂਨ ਅਸਲਾ ਬਰਾਮਦ ਥਿਆ, ਜਿਹ 14 ਕਲਾਸ਼ਨ ਕੋਫ, 50 ਮੈਗਜ਼ੀਨ ਤੇ 8000 ਗੋਲੀਆਂ ਸ਼ਾਮਿਲ ਹਨ। ਦੂਜੇ ਪਾਸੋਂ ਰਾਤ ਗਏ ਲਾਇਨਸ ਏਰੀਆ ਡਾਲਮੀਆਂ ਗੁਲਿਸਤਾਨ ਜੋਹਰ ਫਾਇਰਿੰਗ ਦੇ ਵਾਕਿਆ ਤੇ 4 ਬੰਦੇ ਜ਼ਖਮੀ ਥੀ ਗਏ।